ਪੰਜਾਬੀ ਦੇ ਸਿਖਲਾਈ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਸੁਜਾਨ ਸਿੰਘ ਜੀ ਦੀ ਲਿਖੀ ਕਹਾਣੀ ਜਜ਼ਜ਼ਾ ਨਾਇ ਸਾਂਝ। ਤੇ ਦੋਸਤੋ ਇਸ ਕਹਾਣੀ ਵਿੱਚ ਕਿਹੜੀ ਸਾਂਝ ਦਾ ਜ਼ਿਕਰ ਹੈ ਜਾਂ ਤੇ ਕਿਹੜੀ ਸਾਂ ਇਹ ਕਹਾਣੀ ਕਿਹੜੀ ਸਾਂਝ ਤੇ ਆਧਾਰਿਤ ਹੈ। ਤੇ ਇਹ ਕਹਾਣੀ ਹੈ ਇੱਕ ਪ੍ਰੋਫੈਸਰ ਐਮ ਐਲ ਮਹਲੋਤਰਾ ਤੇ ਇੱਕ ਲਾਲਚੀ ਰੇਵਾਲਾ ਚੀਰੇਦਾਰਤ ਹੁੰਦਾ ਪੱਗ ਤੇ ਇੱਕ ਲਾਲਚੀ ਰੇਵਾਲਾ ਸਾਈਕਲ ਸਵਾਰ ਉਹਨਾਂ ਵਿੱਚ ਪਈ ਹਮਦਰਦੀ ਦੀ ਸਾਂਝ ਤੇ ਇਹ ਕਹਾਣੀ ਆਧਾਰਿਤ ਹੈ। ਤੇ ਅਸੀਂ ਸ਼ੁਰ ਜੇ ਅਜੇ ਤੱਕ ਆਪ ਸਾਰਿਆਂ ਨੇ YouTube ਚੈਨਲ ਸਪੋਰਟ ਫਾਰ ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਨਵੀਆਂ ਵੀਡੀਓਸ ਆਪ ਸਾਰਿਆਂ ਨੂੰ ਸਮੇਂ ਸਿਰ ਪ੍ਰਾਪਤ ਹੋ ਸਕਣ ਆਓ ਸ਼ੁਰੂ ਕਰਦੇ ਹਾਂ ਤੇ ਹੁਣ ਕਹਾਣੀ ਦੇ ਸ਼ੁਰੂ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇੱਕ ਪ੍ਰੋਫੈਸਰ ਹੈ ਉਹ ਜਿਸ ਦਾ ਨਾਮ ਹੈ ਪ੍ਰੋਫੈਸਰ ਐਮ ਐਲ ਮਲੋਤਰਾ ਉਹ ਕਾਲਜ ਤੋਂ ਸਾਈਕਲ ਤੇ ਨਾ ਕੁਝ ਸੋਚਦਾ ਸੋਚਦਾ ਨਿਕਲਦਾ ਤੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਨੂੰ ਕਾਫੀ ਦੇਰ ਤੱਕ ਰੇਡ ਰਿਹਾ ਹੁੰਦਾ ਤੇ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਉਸਨੇ ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖੀ ਹੈ ਕਿਉਂਕਿ ਉਹ ਕੁਝ ਸੋਚਦਾ ਸੋਚਦਾ ਸਾਈਕਲ ਚਲਾ ਰਿਹਾ ਪਰ ਉਸ ਨੂੰ ਸਾਈਕਲ ਚਲਾਉਂਦੇ ਲਗਭਗ 30 ਸਾਲ ਹੋ ਚੁੱਕੇ ਸਨ ਤੇ ਹੁਣ ਕੀ ਹੈ ਕਿ ਦੁਪਹਿਰ ਦਾ ਸਮਾਂ ਸੀਗਾ ਕਾਫੀ ਜ਼ਿਆਦਾ ਗਰਮੀ ਸੀ ਤੇ ਉਸ ਨੂੰ ਪਸੀਨਾ ਵੀ ਆ ਰਿਹਾ ਸੀ ਤੇ ਉਸ ਨੇ ਬਚਪਨ ਵਿੱਚ ਇੱਕ ਅੰਗਰੇਜ਼ੀ ਦੀ ਕਵਿਤਾ ਪੜ੍ਹੀ ਸੀ ਕਿ ਉਸ ਨੂੰ ਉਹ ਕਵਿਤਾ ਯਾਦ ਆਈ ਕਿ ਕਵਿ ਕਿਹੜੀ ਕਵਿਤਾ ਸੀ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦੇ ਆ ਤੇ ਉਹ ਕਵਿਤਾ ਦੇ ਅੰਤ ਵਿੱਚ ਐ ਲਿਖਿਆ ਸੀਗਾ ਕਿ ਜਿਹੜਾ ਬੰਦਾ ਮਿਹਨਤ ਕਰਕੇ ਜ਼ੋਰ ਲਗਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਤੇ ਉਸ ਦੀ ਉਡੀਕ ਕਰਦੇ ਖੰਭ ਉਸ ਨੂੰ ਉਸ ਚੋਟੀ ਤੇ ਮਿਲਦੇ ਹਨ ਤੇ ਬਹੁਤ ਹੀ ਮੋਟੀਵੇਸ਼ਨਲ ਕਵਿਤਾ ਸੀਗੀ ਜੋ ਕਿ ਉਸ ਨੂੰ ਯਾਦ ਆ ਰਹੀ ਸੀ ਫੇਰ ਉਹ ਐ ਸੋਚਦਾ ਕਿ ਸ਼ਾਇਦ ਉਹ ਜੀਵਨ ਦੀ ਚੋਟੀ ਤੇ ਹਲੇ ਪਹੁੰਚਾ ਹੀ ਨਾ ਹੋਵੇ ਜਾਂ ਉਹ ਜੀਵਨ ਦੀ ਚੋ ਜਾਂ યા ਜੀਵਨ ਦੀ ਚੋਟੀ ਤੇ ਪਹੁੰਚ ਗਿਆ ਹੋਵੇ ਪਰ ਉਸ ਦੀ ਉਡੀਕ ਕਰਦੇ ਖਾਮ ਉਹਦੇ ਲਈ ਨਾ ਆਏ ਹੋਣ ਤੇ ਉਹ ਐ ਸੋਚਦਾ ਸੋਚਦਾ ਉਹ ਸਾਈਕਲ ਚਲਾ ਰਿਹਾ ਤੇ ਹੁਣ ਉਸ ਨੂੰ ਐ ਉਸ ਨੂੰ ਬਾਅਦ ਵਿੱਚ ਐ ਅਹਿਸਾਸ ਹੁੰਦਾ ਕਿ ਪਹਾੜੀ ਕੋਈ ਵੀ ਪਹਾੜੀ ਪਾਵੇ ਜਿੰਨੀ ਮਰਜ਼ੀ ਉੱਚੀ ਹੋਵੇ ਉਸ ਦਾ ਅੰਤ ਜ਼ਰੂਰ ਹੁੰਦਾ ਵੀ ਪਹਾੜੀ ਦਾ ਟਾਪ ਇੱਕ ਸ਼ਿਖਰ ਹੈ ਜ਼ਰੂਰ ਆਂਦਾ ਕਿ ਪਹਾੜੀ ਦਾ ਅੰਤ ਜ਼ਰੂਰ ਹੁੰਦਾ ਤੇ ਹੁਣ ਕੀ ਹੁੰਦਾ ਜਦੋਂ ਸਾਈਕਲ ਚਲਾ ਰਿਹਾ ਸੀਗਾ ਇੱਕ ਲਾਲ ਟੀਰੇ ਵਾਲਾ ਇੱਕ ਲਾਲ ਪੱਗ ਵਾਲਾ ਸਾਈਕਲ ਸਵਾਰ ਉਸ ਤੋਂ ਅੱਗੇ ਲੰਘ ਜਾਂਦਾ ਤੇ ਹੁਣ ਪ੍ਰੋਫੈਸਰ ਨੂੰ ਇਹ ਖਿਆਲ ਆਉਂਦਾ ਕਿ ਜਿਹੜਾ ਜਿਹੜੀ ਸਾਈਕਲ ਉਹ ਗਰੀਬ ਦੀ ਸਵਾਰੀ ਆ ਤੇ ਫਿਰ ਉਸ ਤੋਂ ਬਾਅਦ ਉਸਨੇ ਇੱਕ ਭਾਰਤੀ ਲੀਡਰ ਦਾ ਬਿਆਨ ਇੱਕ ਭਾਰਤੀ ਲੀਡਰ ਇੱਕ ਨੇਤਾ ਦਾ ਬਿਆਨ ਚੇਤੇ ਆਉਂਦਾ ਯਾਦ ਆਉਂਦਾ ਹੈ ਕਿ ਦੂਜੇ ਦੇਸ਼ਾਂ ਵਿੱਚ ਸਪੂਤਨਿਕਾ ਸਪੂਤਨਿਕਾ ਆਰਟੀਫੀਸ਼ੀਅਲ ਸੈਟੇਲਾਈਟਸ ਨੂੰ ਕਹਿੰਦੇ ਆ ਕਿ ਦੂਜੇ ਦੇਸ਼ਾਂ ਵਿੱਚ ਸਪੂਤਨਿਕਾ ਹਵਾਈ ਜਹਾਜ਼ ਜਾਂ ਘਟੋ ਘਟਕਾਰਾਂ ਦਾ ਯੁੱਗ ਆ ਗਿਆ ਪਰ ਭਾਰਤ ਮੱਸੀ ਸਾਈਕਲ ਯੁੱਗ ਤੱਕ ਪਹੁੰਚਿਆ ਫਿਰ ਉਹ ਐ ਸੋਚਦਾ ਕਿ ਭਾਰਤ ਵਿੱਚ ਬਹੁਤ ਹੀ ਘੱਟ ਲੋਕਾਂ ਕੋਲ ਸਾਈਕਲ ਹੈ ਤੇ ਭਾਰਤ ਸਾਈਕਲ ਯੋਗ ਵਿੱਚ ਵੀ ਨਹੀਂ ਪਹੁੰਚਿਆ ਤੇ ਉਸ ਨੂੰ ਇਹ ਲੱਗਦਾ ਹੈ ਕਿ ਜਿਹੜਾ ਜਿਹੜਾ ਸਾਈਕਲ ਕਾਲ ਹੈ ਪਾਰਤ ਦੀ ਗਰੀਬੀ ਦਾ ਸੂਚਕ ਹੈ ਤੇ ਫਿਰ ਉਸ ਤੋਂ ਬਾਅਦ ਉਸ ਨੂੰ ਆਪਣੀ ਗਰੀਬੀ ਦਾ ਵੀ ਅਹਿਸਾਸ ਹੁੰਦਾ ਕਿਉਂ ਹੁੰਦਾ ਕਿ ਉਸ ਨੂੰ ਲੈਕਚਰਰੀ ਬੁੱਢੇ ਵਾਰੀ ਬੁੱਢੇ ਬੁੱਢੇ ਵਾਰੀ ਦਾ ਅਰਥ ਹੈ ਕਿ ਬਹੁਤ ਹੀ ਲੇਟ ਉਸ ਨੂੰ ਲੈਕਚਰਰੀ ਮਿਲੀ ਸੀ ਵੱਡੀ ਉਮਰ ਵਿੱਚ ਉਸ ਨੂੰ ਨੌਕਰੀ ਮਿਲੀ ਸੀ ਤੇ ਮੁੱਢਲੀ ਤਨਖਾਹ ਤੇ ਮਿਲੀ ਸੀ ਮੁੱਢਲੀ ਤਨਖਾਹ ਦਾ ਅਰਥ ਹੁੰਦਾ ਸਟਾਰਟਿੰਗ ਸੈਲਰੀ ਤੇ ਮਿਲੀ ਸੀ ਤੇ ਉਸ ਦੀ ਟੱਬਰਦਾਰੀ ਵੱਡੇ ਸੀ ਉਸ ਦੀ ਫੈਮਿਲੀ ਵੀ ਕਾਫੀ ਵੱਡੀ ਸੀ ਤੇ ਹੁਣ ਉਸ ਕੋਲ ਪੈਸੇ ਤੇ ਦਿੱਕਤ ਰਹਿੰਦੇ ਸੀ ਕਿ ਤਾਂ ਗੁਜ਼ਾਰਾ ਵੀ ਉਸ ਦਾ ਮੁਸ਼ਕਿਲ ਨਾਲ ਹੀ ਹੁੰਦਾ ਸੀਗਾ ਤੇ ਹੁਣ ਉਸ ਤੋਂ ਬਾਅਦ ਕੀ ਹੁੰਦਾ ਇੱਕ ਬੁੱਢੀ ਮਾਈ ਉਸ ਲਾਲਚੀਰੇ ਵਾਲੇ ਸਾਈਕਲ ਸਵਾਰ ਨੂੰ ਰੋਕਦੀ ਹੈ ਪਰ ਉਹ ਜਿਹੜਾ ਸਾਈਕਲ ਸਵਾਰ ਹੈ ਉਹ ਅੱਗੇ ਲੰਘ ਜਾਂਦਾ ਤੇ ਪ੍ਰੋਫੈਸਰ ਹੈ ਸੋਚਦਾ ਕਿ ਉਸ ਬੁੱਢੀ ਮਾਈ ਨੇ ਤਾਂ ਸ਼ਹਿਰ ਤੱਕ ਹੀ ਜਾਣਾ ਹੋਗਾ ਜੋ ਕਿ ਮਸਾਈ ਇੱਕ ਮੀਲ ਦੀ ਦੂਰੀ ਤੇ ਕਿ ਥੋੜੀ ਜਿਹੀ ਦੂਰੀ ਤੇ ਤੇ ਉਸਨੇ ਥੋੜੀ ਦੂਰੀ ਜਾਣਾ ਤੇ ਉਸ ਨੂੰ ਉਹ ਲਾਲਚੀਰੇ ਵਾਲਾ ਉਹ ਪੱਥਰ ਦਿਲ ਜਾਪੇ ਕਿਉਂਕਿ ਉਹ ਰੁਕਿਆ ਹੀ ਨਹੀਂ ਤੇ ਫਿਰ ਉਹ ਮਾਈਕੋਲ ਰੁਕਿਆ ਤੇ ਉਸਨੇ ਪੁੱਛਿਆ ਵੀ ਕਿੱਥੇ ਜਾਣਾ ਤੇ ਉਸ ਬੁੱਢੇ ਮਾਈ ਨੇ ਕਹ ਕਿ ਸਿਹੜੇ ਜਾਣਾ ਜੋ ਕਿ ਤਿੰਨ ਕੋਹ ਦੀ ਦੂਰੀ ਤੇ ਤੇ ਦੋਸਤੋ ਜਿਵੇਂ ਅੱਜ ਕੱਲ ਅਸੀਂ ਜਿਹੜਾ ਰਸਤਾ ਜਿਹੜਾ ਡਿਸਟੈਂਸ ਹੈ ਉਹ ਕਿਲੋਮੀਟਰ ਵਿੱਚ ਨਾਪਦੇ ਆ ਮੈਜ਼ਰ ਕਰਦੇ ਆ ਤੇ ਉਸ ਤੋਂ ਪਹਿਲਾਂ ਅਸੀਂ ਮੀਲਾ ਵਿੱਚ ਮੈਜ਼ਰ ਕਰਦੇ ਸੀਗੇ ਤੇ ਉਸ ਤੋਂ ਪਹਿਲਾਂ ਕੋਹ ਦਾ ਕੋਹ ਦਾ ਹੀ ਵਰਤੋਂ ਹੁੰਦੀ ਸੀ ਤੇ ਕੋਹ ਤਿੰਨ ਕੋਹ ਦੀ ਦੂਰੀ ਤੇ ਹੈ ਤੇ ਉਸਨੇ ਫਿਰ ਬੁੱਢੇ ਮਾਈ ਨੇ ਕਹ ਕਿ ਸਿਹੜੇ ਬਾਗਾਂ ਵਾਲੇ ਦੇ ਕੋਲ ਕਿਉਂ ਬਾਗਾਂ ਵਾਲੇ ਦੇ ਕੋਲ ਜਗ੍ਹਾ ਪਿੰਡ ਹੈ ਸਿਹੜਾ ਤੇ ਹੁਣ ਬੁੱਢੀ ਮਾਈ ਦਾ ਸਰੀਰ ਸੁੱਕਾ ਹੋਇਆ ਸੀਗਾ ਤੇ ਉਸਦੇ ਪੈਰ ਨੰਗੇ ਸਨ ਕੋਈ ਚੱਪਲ ਨਾ ਵਗੈਰਾ ਨਹੀਂ ਸੀਗਾ ਤੇ ਉਸਤੇ ਕੱਪੜਿਆਂ ਵਿੱਚ ਵੀ ਟਾਕੀਆਂ ਲੱਗੀਆਂ ਲੱਗੀਆਂ ਸੀਗਾ ਤੇ ਮੈਲੇ ਜੀ ਉਸਨੇ ਕੱਪੜੇ ਪਾਏ ਸਨ ਤੇ ਪ੍ਰੋਫੈਸਰ ਨੇ ਕਿਹਾ ਕਿ ਮੈਂ ਸ਼ਹਿਰ ਜਾਣਾ ਹੈ ਪੋਣਾ ਕੋ ਕਿ ਜੋ ਥੋੜੀ ਜੀ ਦੂਰ ਤੇ ਤੇ ਫਿਰ ਬੁੱਢੀ ਮਾਈ ਕਹਿੰਦੀ ਕਿ ਉੱਥੇ ਤੱਕੀ ਉੱਥੋਂ ਤੱਕੀ ਮੈਨੂੰ ਲੈ ਚਲ ਤੇ ਫਿਰ ਕੀ ਹੁੰਦਾ ਕਿ ਪ੍ਰੋਫੈਸਰ ਬੁੱਢੀ ਮਾਈ ਨੂੰ ਪਿੱਛੇ ਬਿਠਾਉਂਦਾ ਤੇ ਉਸਦਾ ਥੈਲਾ ਉਸਦੇ ਥੈਲੇ ਵਿੱਚ ਕੀ ਹੁੰਦਾ ਉਸਦੇ ਥੈਲੇ ਵਿੱਚ ਇੱਕ ਡੱਬੀਦਰ ਕੇਸ ਹੁੰਦਾ ਤੇ ਉਹ ਵੀ ਆਪਣੀ ਸਾਈਕਲ ਦੇ ਹੈਂਡਲ ਤੇ ਲਟਕਾਉਂਦਾ ਤੇ ਮਾਈ ਬੁੱਢ ਦੇਵਨ ਉਸ ਬੁੱਢੀ ਮਾਈ ਬਾਰੇ ਪਤਾ ਲੱਗਦਾ ਕਿ ਉਸ ਦਾ ਕੋਈ ਅੰਗ ਸਾਥ ਨਹੀਂ ਹੈ ਤੇ ਉਹ 13 14 15 ਮੀਲ ਕੇ ਕਾਫੀ ਦੂਰੋਂ ਚੱਲ ਕੇ ਗੁਰਦੁਆਰੇ ਤੱਕ ਪੈਦਲ ਆਈ ਸੀ ਤੇ ਉਹ ਇੱਕ ਛੁੱਗੇ ਵਿੱਚ ਰਹਿੰਦੀ ਹੈ ਤੇ ਜੇ ਕੋਈ ਉਸ ਨੂੰ ਕੁਝ ਖਾਣ ਪੀਣ ਲਈ ਦੇ ਦਿੰਦਾ ਤਾਂ ਉਹ ਖਾਂਦੀ ਹੈ ਪਰ ਉਹ ਕਿਸੇ ਤੋਂ ਕੁਝ ਮੰਗ ਮੰਗਦੇ ਨਹੀਂ ਤੇ ਪਹਿਲਾ ਉਸ ਨੂੰ ਇਹ ਖਿਆਲ ਆਉਂਦਾ ਕਿ ਬੁੱਢੀ ਮਾਈ ਨੂੰ ਆਪਣੇ ਘਰ ਲੈ ਜਾਵੇ ਪਰ ਉਹ ਬੇਵਸ ਹੁੰਦਾ ਬੇਵਸ ਕਿਉਂ ਹੁੰਦਾ ਕਿਉਂਕਿ ਉਹ ਆਰਥਿਕ ਮੰਦਾਲੀ ਕਰਕੇ ਬੇਵਸ ਹੁੰਦਾ ਕਿ ਵੈਸੇ ਉਸ ਦੇ ਖਰਚੇ ਪੂਰੇ ਨਹੀਂ ਪਹਰੇਤੇ ਇਸ ਕਰਕੇ ਉਹ ਬੇਵਸ ਹੁੰਦਾ ਤੇ ਉਹ ਐਸੋ ਹੋ ਗਿਆ ਕਿ ਸੋ ਬਸ ਵਿੱਚ ਬਿਠਾ ਦਵੇ ਪਰ ਉਸ ਦੀ ਜੇਬ ਵਿੱਚ ਸਿਰਫ 3ਵੇਂ ਪੈਸੇ ਸਨ ਜੋ ਕਿ ਕਿਰਾਏ ਲਈ ਵੀ ਪੂਰੇ ਨਹੀਂ ਸਨ ਤੇ ਫਿਰ ਉਸ ਨੂੰ ਆਪਣੇ ਪੁੱਤਰ ਦਿਨੇਸ਼ ਦਾ ਖਿਆਲ ਆਂਦਾ ਜੋ ਕਿ ਰਸ ਦੀ ਮੰਗ ਕਰ ਰਿਹਾ ਤੇ ਰਸ ਦੀ ਕੀਮਤ ਸੀ ਕਿ ਸਿਰਫ 3 ਨਵੇਂ ਪੈਸੇ ਤਾਂ 3 ਨਵੇਂ ਪੈਸੇ ਦੇ ਰਸ ਖਰਚਣ ਸਮੇਂ ਵੀ ਉਹ ਪ੍ਰੋਫੈਸਰ ਉਹ ਸੋਚ ਰਿਹਾ ਤੇ ਹੁਣ ਕਿਸੇ ਤੋਂ ਪੈਸੇ ਮੰਗਣਾ ਵੀ ਨਹੀਂ ਚਾਹੁੰਦਾ ਕਿ ਕਿਰਾਇਆ ਪੂਰਾ ਕਰ ਲੈ ਬੁੱਢੀ ਮਾਇਲੀ ਤੇ ਕਿਸੇ ਤੋਂ ਪੈਸੇ ਵੀ ਨਹੀਂ ਮੰਗਣਾ ਚਾਹੁੰਦਾ ਕਿਉਂਕਿ ਉਸ ਨੂੰ ਸਲਾਮਾ ਖੁਸਣ ਦਾ ਡਰ ਸੀ ਵੀ ਉਹ ਸੋਚ ਰਜੇ ਸੀ ਕਿ ਉਸ ਦੀ ਜਿਹੜੀ ਸੈਲਫ ਰਿਸਪੈਕਟ ਹੈ ਰਿਸਪੈਕਟ ਉਹ ਖਤਮ ਹੋ ਜਾਏਗੀ ਤੇ ਉਸਨੇ ਤੋਬੀ ਦੇ ਤਵਾਈ ਵੀ ਦੇਣੀ ਸੀ ਤੇ ਇਸ ਕਰਕੇ ਉਹ ਐ ਹੀ ਸੋਚ ਰਿਹਾ ਹੁੰਦਾ ਕਿ ਉਸ ਦੀ ਮਦਦ ਨਹੀਂ ਕਰ ਸਕਦਾ ਫਿਰ ਉਹ ਐ ਸੋਚਦਾ ਕਿ ਆਪ ਹੀ ਉਸ ਨੂੰ ਛੱਡਾਵੇ ਪਟ ਉਹ ਆਬਿਉਸ ਨੂੰ ਛੱਡ ਕੇ ਨਹੀਂ ਆ ਨਹੀਂ ਸੀ ਆ ਸਕਦਾ ਕਿਉਂਕਿ ਉਸਨੇ ਰੋਟੀ ਖਾ ਰੋਟੀ ਖਾਦੀ ਨਹੀਂ ਸੀ ਹੋਈ ਕਿਉਂਕਿ ਦੁਪਹਿਰ ਦਾ ਸਮਾਂ ਸੀਗਾ ਤੇ ਉਹ ਜੇ ਉਸ ਨੂੰ ਛੱਡ ਵੀ ਆਂਦਾ ਤਾਂ ਉਸ ਤੋਂ ਪੜ੍ਹ ਲਿਖ ਨਹੀਂ ਸੀ ਹੋਣਾ ਕੀ ਹੁੰਦਾ ਕਿ ਉਸਨੇ ਲੈਕਚਰ ਅਗਲੇ ਦਿਨ ਦਾ ਲੈਕਚਰ ਆ ਤਿਆਰ ਕਰਨਾ ਸੀਗਾ ਫਿਰ ਉਸ ਨੂੰ ਆਪ ਵੀ ਪੜ੍ਹਨਾ ਪੈਣਾ ਸੀਗਾ ਜੋ ਕਿ ਉਸ ਤੋਂ ਨਹੀਂ ਸੀ ਹੋਣਾ ਜੇ ਉਸ ਨੂੰ ਉੱਧਰ ਛੱਡਣ ਦਾ ਫਿਰ ਕੀ ਹੁੰਦਾ ਸ਼ਹਿਰ ਆ ਜਾਂਦਾ ਤੇ ਉਹ ਪ੍ਰੋਫੈਸਰ ਐ ਮਾਈਨੂ ਉਤਾਰਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਬੱਸ ਆ ਜਾਂਦੀ ਹੈ ਤੇ ਬੱਸ ਚਲੀ ਵੀ ਜਾਂਦੀ ਹੈ ਤੇ ਹੁਣ ਹੈ ਕਿ ਪ੍ਰੋਫੈਸਰ ਹੈ ਜਿਸ ਸਾਈਕਲ ਮੋੜਦਾ ਤੇ ਉਸੇ ਟਾਈਮ ਲਾਲ ਚੀਰੇ ਵਾਲਾ ਜਿਹੜਾ ਨੌਜਵਾਨ ਜਿਹੜਾ ਪਹਿਲਾਂ ਅੱਗੇ ਲੰਘਿਆ ਸੀਗਾ ਵਾਪਸ ਆ간다 ਫਿਰ ਉਹ ਬੁੱਢੇ ਮਾਈ ਨੂੰ ਕੀ ਕਹਿੰਦਾ ਉਹ ਕਹਿੰਦਾ ਆ ਗਈਆਂ ਮਾਂ ਛੇਤੀ ਹੀ ਆ ਗਈਆਂ ਮੇਰਾ ਕੰਮ ਵੀ ਛੇਤੀ ਹੀ ਮੁੱਕ ਗਿਆ ਮੈਂ ਬਾਗਾ ਵਾਲੇ ਤੱਕ ਜਾਣਾ ਤੈਨੂੰ ਸਹਿਰੇ ਛੱਡ ਦਾਂ ਤੇ ਹੁਣ ਕੀ ਹੋਇਆ ਕਿ ਜਿਹੜਾ ਸਾਈਕਲ ਸਵਾਰ ਹੈ ਉਸਨੇ ਕਿਸੇ ਕੰਮ ਜਾਣਾ ਸੀਗਾ ਤੇ ਪਹਿਲਾਂ ਇਸ ਕਰਕੇ ਉਹ ਛੇਤੀ ਛੱਤੇ ਸਾਈਕਲ ਲੈ ਕੇ ਅੱਗੇ ਚਲਾ ਗਿਆ ਜਦੋਂ ਬੁੱਢੇ ਮਾਈ ਨੇ ਰੋਕਿਆ ਪਰ ਉਸ ਨੂੰ ਲੈਣ ਲਈ ਵਾਪਸ ਆਇਆ ਤੇ ਉਸ ਤੋਂ ਬਾਅਦ ਕੀ ਹੋਇਆ ਪ੍ਰੋਫੈਸਰ ਨੇ ਬੁੱਢੀ ਮੈਨੂ ਲਾਲਚੀਰੇ ਵਾਲੇ ਦੀ ਸਾਈਕਲ ਤੇ ਬਿਠਾਇਆ ਤੇ ਉਸ ਦਾ ਥੈਲਾ ਉਸ ਦੀ ਸਾਈਕਲ ਦੇ ਅੱਗੇ ਟੰਗ ਦਿੱਤਾ ਤੇ ਹੁਣ ਲਾਲਚੀਰੇ ਵਾਲੇ ਨੇ ਪ੍ਰੋਫੈਸਰ ਨੂੰ ਇਸ ਤਰ੍ਹਾਂ ਦੇਖਿਆ ਕਿ ਜਿਸ ਨੂੰ ਉਹ ਆਪਣਾ ਹੀ ਸਮਝਦਾ ਸੀਗਾ ਉਹ ਉਸ ਦਾ ਕੋਈ ਆਪਣਾ ਹੀ ਨਿਕਲ ਆਇਆ ਹੋਏ ਤੇ ਇਸ ਤਰ੍ਹਾਂ ਬਿਨਾ ਬੋਲੇ ਹੀ ਪ੍ਰੋਫੈਸਰ ਅਤੇ ਲਾਲ ਚੀਰੇ ਵਾਲੇ ਵਿਚ ਸਾਹਸ ਪੈ ਗਈ ਅਤੇ ਪ੍ਰੋਫੈਸਰ ਨੂੰ ਇਹ ਲੱਗਾ ਕਿ ਉਸ ਕਿ ਉਸਨੇ ਆਪਣਾ ਕੱਟਾ ਪੂਰਾ ਕਰ ਲਿਆ ਹੋਏ ਕਿਹੜਾ ਕੱਟਾ ਕਿ ਉਸ ਦਾ ਮਨ ਸੀ ਕਿ ਆ ਕਿ ਉਸ ਬੁੱਢੀ ਮਾਂ ਨੂੰ ਉਸ ਦੇ ਘਰ ਤੱਕ ਛੱਡ ਕੇ ਆਵੇ ਜਾਂ ਬੱਸ ਵਿੱਚ ਬਿਠਾਵੇ ਪਰ ਉਹ ਬਿਠਾ ਨਹੀਂ ਸੀ ਪਾਇਆ ਆਪਣੀ ਮਜਬੂਰੀ ਕਰਤ ਤਾਂ ਜਦੋਂ ਸਾਈਕਲ ਸਵਾਰ ਆ ਗਿਆ ਤੇ ਉਸਨੇ ਇਹ ਕਿਹਾ ਤਾਂ ਕਿ ਉਸ ਨੂੰ ਉਸ ਦੇ ਪਿੰਡ ਛੱਡ ਆਵੇਗਾ ਤੇ ਪ੍ਰੋਫੈਸਰ ਨੂੰ ਇਹ ਲੱਗਿਆ ਕਿ ਉਸ ਦਾ ਕੱਟਾ ਪੂਰਾ ਹੋ ਗਿਆ ਤੇ ਇਸ ਤਰ੍ਹਾਂ ਕਹਾਣੀ ਖਤਮ ਹੋ ਜਾਂਦੀ ਹੈ ਤੇ ਦੋਸਤੋ ਹੁਣ ਅਸੀਂ ਇਹ ਗੱਲ ਕਰਾਂਗੇ ਕਿ ਇਹ ਕਹਾਣੀ ਕਿਸ ਸਾਜ ਤੇ ਆਧਾਰਿਤ ਹੈ ਤੇ ਇਸ ਕਹਾਣੀ ਦਾ ਵਿਸ਼ਾ ਵਸਤੂ ਕੀ ਹੈ ਤੇ ਅਸੀਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਸ਼ੁਰੂਆਤ ਕੀ ਇਹ ਕਹਾਣੀ ਮਨੁੱਖ ਪ੍ਰਤੀ ਹਮਦਰਦੀ ਦੀ ਸਾਜ ਤੇ ਆਧਾਰਿਤ ਹੈ ਤੇ ਇਹ ਉਹ ਸਾਜ ਪੰਧੀ ਹੈ ਪ੍ਰੋਫੈਸਰ ਐਮ ਐਲ ਮਲੋਤਰਾ ਤੇ ਲਾਲਚੀਰੇ ਵਾਲੇ ਦੇ ਵਿਚਾਰ ਇਸ ਕਹਾਣੀ ਦਾ ਕੀ ਵਿਸ਼ਾ ਤੇ ਹੁਣ ਇਸ ਕਹਾਣੀ ਵਿੱਚ ਲੋੜਵੰਦਾ ਦੇ ਦੁੱਖਾਂ ਨੂੰ ਆਪਸੀ ਪਾਈਸਾਰਕ ਸਾਜ ਦੁਆਰਾ ਉਹ ਨਰਦੀ ਭਾਵਨਾ ਨੂੰ ਪੇਸ਼ ਕੀਤਾ ਗਿਆ ਤੇ ਇਸ ਕਹਾਣੀ ਵਿੱਚ ਸਧਾਰਨ ਵਿਅਕਤੀ ਦੀ ਮਾਨਸਿਕ ਅਵਸਥਾ ਨੂੰ ਵੀ ਪੇਸ਼ ਕੀਤਾ ਗਿਆ ਜੋ ਕਿ ਮਜਬੂਰੀਆਂ ਅਤੇ ਆਰਥਿਕ ਤੰਗੀ ਕਾਰਨ ਚਾਉਂਦੇ ਹੋਇਆ ਵੀ ਲੋੜਵੰਦਾ ਦੀ ਮਦਦ ਉਹ ਨਹੀਂ ਕਰ ਸਕੀ ਤੇ ਹੁਣ ਅਸੀਂ ਇਸ ਕਹਾਣੀ ਵਿਚ ਆ ਦੇਖਿਆ ਕਿ ਪ੍ਰੋਫੈਸਰ ਇਕ ਤੋ ਮਜਬੂਰ ਹੈ ਤੇ ਉਸ ਕੋਲ ਆਰਥਿਕ ਤੰਗ ਉਹ ਆਰਥਿਕ ਤੰਗੀ ਦਾ ਵੀ ਸ਼ਿਕਾਰ ਹੈ ਐਸ ਕਰਕੇ ਉਹ ਚਾਉਂਦੇ ਹੋਇਆ ਵੀ ਬੁੱਢੀ ਮਾਈ ਨੂੰ ਉਸਦੇ ਪਿੰਡ ਸਹੇੜੇ ਤੱਕ ਛੱਡ ਕੇ ਨਹੀਂ ਆ ਸਕਿਆ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਬਟ ਇਸ ਕਹਾਣੀ ਦੀ ਅਸੀਂ ਹੋਰ ਵੀ ਵੀਡੀਓਜ਼ ਬਣਾਈਆਂ ਹਨ ਪੰਜਾਬ ਬੋਰਡ ਪੀਐਸਸੀਬੀ ਦੇ ਵਿਦਿਆਰਥੀਆਂ ਦੇ ਲਈ ਵਿਸਤ੍ਰਿਤ ਪ੍ਰਸ਼ਨ ਅਤੇ ਸਾਰ ਦੀ ਵੀਡੀਓ ਬਣੀ ਹੋਈ ਹੈ ਅਤੇ ਸੀਬੀਐਸਸੀ ਵਾਲੇ ਵਿਦਿਆਰਥੀਆਂ ਦੇ ਲਈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਅਤੇ MCQ ਬਹੁ ਵਿਕਲਪੀ ਪ੍ਰਸ਼ਨ ਉਹਨਾਂ ਦੀ ਵੀਡੀਓਜ਼ ਬਣੀ ਹੋਈ ਹੈ ਤੇ ਉਹਨਾਂ ਵੀਡੀਓਜ਼ ਦੇ ਲਿੰਕ ਤੇਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤੇ ਗਏ ਹਨ ਅਤੇ ਬਹੁਤ ਹੀ ਜਲਦ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਜਾਣਗੇ ਤੇ ਪੇਪਰ ਦੀ ਪੂਰੀ ਤਰ੍ਹਾਂ ਤਿਆਰੀ ਲਈ ਆਪ ਸਾਰੇ ਵਿਦਿਆਰਥੀ ਉਹਨਾਂ ਵੀਡੀਓਜ਼ ਨੂੰ ਵੀ ਜ਼ਰੂਰ ਦੇਖੋ ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ